ਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣ ਹੁਣੇ ਬੈਂਕਾਂ ਚ ਕੰਮ ਕਰਨ ਵਾਲੇ ਲਈ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਲਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਅਤੇ ਵੀਡੀਓ ਨੂੰ ਆਤ ਤੋਂ ਵੱਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਪ੍ਰੈਲ ਦਾ ਮਹੀਨਾ ਲਗਭਗ ਖਤਮ ਹੋਣ ਜਾ ਰਿਹਾ ਹੈ ਇਸ ਮਹੀਨੇ ਦੀ ਸ਼ੁਰੂਆਤ ਦੇ ਨਾਲ ਆਰਬੀਆਈ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਮਹੀਨੇ ਕੁਲ 14 ਦਿਨ ਤੱਕ ਬੰਦ ਬੈਂਕ ਬੰਦ ਰਹਿਣਗੇ 27 ਅਪ੍ਰੈਲ ਨੂੰ ਚੌਥਾ ਸ਼ਨੀਵਾਰ ਤੇ 28 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਬੈਂਕ ਦੀ ਛੁੱਟੀ ਰਹੇਗੀ ਇਸ ਤੋਂ ਬਾਅਦ ਅਗਲੇ ਮਹੀਨੇ ਮਈ ਦੇ ਬੈਂਕ ਬੰਦ ਰਹਿਣਗੇ ਆਉ ਜਾਣਦੇ ਹੈ ਮਈ ਮਹੀਨੇ ਦੀ ਛੁੱਟੀਆਂ ਬਾਰੇ ਆਰਬੀਆਈ ਮੁਤਾਬਕ ਕੁੱਲ 12 ਦਿਨਾਂ ਲਈ ਬੈਂਕ ਦੀ ਛੁੱਟੀ ਰਹੇਗੀ ਇਸ ਦੌਰਾਨ ਕਈ ਤਿਹਾਰ ਹੁੰਦੇ ਨੇ ਇਸ ਤੋਂ ਇਲਾਵਾ ਦੁਜੀ ਤੋਂ ਛੋਟੇ ਸ਼ਨੀਵਾਰ ਤੋਂ ਇਲਾਵਾ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਨੇ ਮਈ ਦੇ ਵਿੱਚ ਰਵਿੰਦਰਨਾਥ ਟੈਗੋਰ ਜਨਤੀ ਨਰਜੁਲ ਜਨਤੀ ਅਤੇ ਅਕਸ਼ਿਤ ਰਿਤਰਾ ਵਰਗੇ ਤਿਉਹਾਰ ਨੇ ਕੀ ਅਕਸ਼ੇ ਤ੍ਰਿਤੀਆ ਤੇ ਬੰਦ ਰਹਿਣਗੇ ਬੈਂਕ ਕਿ ਤੁਹਾਡਾ ਵੀ ਸਵਾਲ ਹੈ ਕਿ ਅਕਸ਼ੇ ਤ੍ਰਿਤੀਆ ਦੇ ਮੋਕੇ ਬੈਂਕ ਬੰਦ ਹੋਣਗੇ ਜਾਂ ਨਹੀਂ ਤਾਂ ਤੁਹਾਨੂੰ ਦੱਸ ਦੇ ਕਿ ਕਿਸ ਦਿਨ ਬੈਂਕ ਬੰਦ ਰਹਿਣਗੇ ਅਕਸ਼ੇ ਤ੍ਰਿਤੀਆ ਦਾ 10 ਸਮੇ ਨੂੰ ਹੈ ਅਤੇ ਇਸ ਦੌਰਾਨ ਬੈਂਕ ਬੰਦ ਰਹਿਣਗੇ ਹਾਲਾਂਕਿ ਅਕਸ਼ੇ ਤ੍ਰਿਤੀਆ ਦਾ ਦੇ ਪੂਰੇ ਦੇਸ਼ ਦੇ ਵਿੱਚ ਨਹੀਂ ਬਲਕਿ ਗੁਜਰਾਤ ਦੇ ਵਿੱਚ ਬੈਂਕ ਬੰਦ ਰਹਿਣਗੇ ਬਾਕੀ ਖਬਰ ਨੂੰ ਅੰਤ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨ